ਬਾਕੀ ਹਰ ਪਿਕਚਰ ਦੇਖ ਕੇ ਹਾਂਜੀ ਇਹ ਮੁੰਡੇ ਕਲਰ ਵੇਖ ਕੇ ਮਾਵਾਂ ਨੂੰ ਕਹਿੰਦੇ ਨੇ ਮੈਨੇ ਨਹੀਂ ਯਹਾਂ ਰਿਸ਼ਤਾ ਕਰਨਾ। ਹਾਂਜੀ ਸਰਦੀ ਆ ਗਈ ਨਾ ਸਰਦੀ, ਤਵੱਜੋ ਬਈ ਬੇਟਾ ਸਰਦੀ ਆਈ ਨਾ ਸਰਦੀ, ਹੁਣ ਮੁੰਡੇ ਕਰੀਮਾਂ ਲਾ ਰਹੇ ਨੇ, ਰਾਤ ਨੂੰ ਕਰੀਮ ਲਾ ਕੇ ਸੌਂਦੇ ਨੇ, ਸਵੇਰੇ ਸਿਆਣਿਆ ਨਹੀਂ ਜਾਂਦਾ, ਨਜ਼ੀਰ ਇੱਕ ਨਜ਼ੀਰਾ ਹੈ, ਬਸ਼ੀਰ ਇੱਕ ਬਸ਼ੀਰਾ ਹੈ, ਕਸਮੇ ਕਰੀਮ ਲਾ ਰਹੇ ਨੇ। ਅੱਛਾ ਫਿਰ ਸਾਰਾ ਫੇਸ ਭਰਿਆ ਹੁੰਦਾ ਕਰੀਮ ਨਾਲ, ਤੇ ਦੋ ਤਿੰਨ ਮਹੀਨੇ ਇਹਨਾਂ ਨੇ ਹੁਣ ਇਹ ਲਾਉਣੀ ਹੈ ਕਰੀਮ, ਤੇ ਚੌਥੇ ਮਹੀਨੇ ਮੂੰਹ ਮਰੀਕਨ ਹੋਣਾ, ਧੌਣ ਫਰੀਕਨ ਹੋਣੀ ਹੈ। ਹਾਂਜੀ ਵੇਖ ਲਿਆ ਜਾ, ਧੌਣ ਵੀ ਕਾਲੀ, ਪੈਰ ਵੀ ਕਾਲੇ, ਕਸਮੇ ਮੁੰਡਿਆਂ ਦੇ ਪੈਰ ਵੇਖੋ ਉਲਟੀ ਆ ਜਾਂਦੀ ਹੈ, ਹੋਏ 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 ਇੰਨੇ ਕਾਲੇ, ਤੇ ਕੰਨ ਵੀ ਕਾਲੇ, ਧੌਣ ਵੀ ਕਾਲੀ, ਤੇ ਫਿਰ ਜਦੋਂ ਮੂੰਹ ਚਿੱਟਾ ਹੋ ਜਾਂਦਾ ਨਾ, ਫਿਰ ਮਾਮਾ ਕੋ ਬੋਲਤੇ, ਮਾਮਾ ਮੈਨੇ ਆਪਕੀ ਸਿਸਟਰ ਕੇ ਘਰ ਮੇ ਸ਼ਾਦੀ ਨਹੀਂ ਕਰਨੀ, ਉਸਕੀ ਬੇਟੀ ਕਾ ਕਲਰ ਮੁਝਸੇ ਮੈਚ ਨਹੀਂ ਕਰਤਾ। ਹਾਂਜੀ ਸੱਚੀ ਗੱਲ, ਉਹ ਚੱਲਿਆ ਜੇ ਰੰਗ ਵੇਖ ਕੇ ਤੂੰ ਰਿਸ਼ਤਾ ਲੱਭਦਾ ਹੈ, ਤੇ ਬਿਲਾਲ ਨੂੰ ਕਿਹਨੇ ਪੁੱਛਣਾ ਸੀ, ਅਗਰ ਸੂਰਤ ਮੇ ਇੱਜ਼ਤ ਹੋਤੀ ਤੋ ਯੇ ਹਰੀਮ ਸ਼ਾਹ ਕੇ ਲੀਏ ਤੋ ਸਾਰੀ ਦੁਨੀਆ ਮਰ ਜਾਤੀ। ਹਾਂਜੀ ਸੰਦਲ ਲਈ ਸੂਰਤ ਸਫੇਦ ਦੇਖ ਕੇ ਤੇ ਤੂੰ ਮਰਨ ਤੱਕ ਜਾਣਾ ਹੈ, ਇਹ ਰਕਸ਼ੇ ਚ ਬੈਠੇ ਹੋਵੇ ਤੇ ਵੇਖ 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 ਕੇ ਜਾ ਟਰੱਕ ਚ ਵੱਜਦੇ ਜੇ। ਸੱਚੀ ਗੱਲ ਸੱਚੀ ਗੱਲ ਮੇਰੇ ਬੱਚੋ, ਮੇਰਾ ਪੈਗਾਮ ਹੈ, ਮੈਂ ਅਗਰ ਮਜ਼ਾ ਮੇ ਵੀ ਬਾਤ ਕਰੂੰ ਤੋ ਉਸਮੇ ਸਬਕ ਹੋਤਾ ਹੈ, ਮੈਂ ਜ਼ਰਾ ਤੁਹਾਡੇ ਨਾਲ ਪਿਆਰ ਨਾਲ ਗੱਲਾਂ ਸਮਝਾਉਂਦਾ ਰਹਿੰਦਾ ਹੈ ਜੀ। ਮੇਰੇ ਚੰਨ ਨੇ, ਮੇਰੇ ਮੱਖਣ ਨੇ, ਆਜ ਕੱਲ ਇਨਕੋ ਪੋਕਟ ਮਨੀ ਕਮ ਮਿਲਤਾ ਹੈ, ਹਾਂਜੀ ਕਮ ਮਿਲਤਾ ਹੈ ਨਾ, ਹਾਂਜੀ ਥੋੜਾ ਜਿਹਾ ਤਵੱਜੋ ਮੇਰੀ ਇਸ ਬਾਤ ਜ਼ਰਾ ਇਹਨੂੰ ਗੌਰ ਨਾਲ ਸੁਣਨਾ ਹੈ। ਮੈਂ ਪੈਗਾਮ ਦੇਣ ਲੱਗਾ ਹੈ ਕਿ ਸੋਹਣੀ ਸੂਰਤ ਵੇਖ ਕੇ ਰਕਸ਼ਾ ਵੇਖੇ ਨਾ, ਹਾਏ ਹਾਏ। ਤੇ ਫਿਰ ਬਾਬਾ ਜੀ ਨੇ ਕਿਆ ਜੁਮਲਾ ਲਿਖਾ, ਤੁਹਾਡੇ ਇਲਾਕੇ ਕੇ ਬਜ਼ੁਰਗ ਹੈ ਰੂਮੀ ਕਸ਼ਮੀਰ, ਬੜਾ ਪਿਆਰਾ ਜੁਮਲਾ ਲਿਖਾ ਹੈ, ਸੁਣੋ ਮੇਰੇ ਬੱਚੋ। ਅੱਲਾ ਜਾਣਦਾ ਸੋਹਣੀ ਸੂਰਤ ਵੇਖ ਕੇ ਨਹੀਂ ਕਹਿਣਾ ਮਾਮਾ ਮੈਂ ਆਪਕੋ ਛੋੜ ਸਕਤਾ ਹੂੰ, ਇਸਕੋ ਨਹੀਂ ਛੋੜ ਸਕਤਾ ਹੂੰ, ਪਾਪਾ ਮੈਂ ਇਸਕੋ ਛੋੜ ਸਕਤਾ ਹੂੰ, ਇਸਕੋ ਛੋੜ ਸਕਤਾ ਹੂੰ, ਮਗਰ ਇਸਕੋ ਨਹੀਂ ਛੋੜ ਸਕਤਾ। ਇਫ ਯੂ ਡੋਂਟ ਮਾਇੰਡ ਪਾਪਾ ਡੋਂਟ ਟੱਚ ਮੀ ਲਾਈਫ, ਤੁਮ ਕੌਣ ਹੋਤੇ ਹੋ ਮੇਰੀ ਜ਼ਿੰਦਗੀ ਮੇ ਇੰਟਰਫੇਅਰ ਕਰਨੇ ਵਾਲੇ, ਪਾਪਾ ਤੁਮ ਕੌਣ ਹੋਤੇ ਹੋ। ਅੱਲਾ ਜਾਣਦਾ ਸਫੇਦ ਮੁਖੜਾ ਵੇਖ ਕੇ ਮਰਨੇ ਵਾਲੋ, ਆਓ ਮੈਂ ਤੁਮਕੋ ਬਤਾਉਣਾ ਚਾਹਤਾ ਹੂੰ। ਹਾਂਜੀ ਫਿਰ ਤੂੰ ਲਿਖੇਗਾ ਤੇਰੇ ਜਾਨੂ ਤੇਰੇ ਮਗਰ ਰੋਲਤੇ ਗਏ ਪਰ ਚਸ ਬੜੀ ਆਈ ਹੈ, ਫਿਰ ਤੂੰ ਮੋਟਰਸਾਈਕਲ ਦੀਆਂ ਲਾਈਟਾਂ ਮਗਰ ਲਿਖੇਗਾ। ਹਾਂਜੀ ਸੱਚੀ ਗੱਲ ਹੈ, ਫਿਰ ਕਈ ਜੇਲਮ ਚ ਡੁੱਬ ਜਾਂਦੇ ਨੇ, ਦਰਿਆ ਜੇਲਮ ਚ ਕਈ ਮੰਗਲਾ ਚ ਡੁੱਬ ਜਾਂਦੇ ਨੇ, ਤੇ ਡੁੱਬ ਜਾ ਉਹਨੂੰ ਹੋਰ ਲੱਭ ਜੋ, ਵਿੱਚੇ ਮਤ ਡੁੱਬ ਮਤ, ਖੁਦਕੁਸ਼ੀ ਕਰ, ਸੋਹਣੀ ਸੂਰਤ ਮਗਰ ਲੱਗ ਕੇ ਮਾਂ ਬਾਪ ਨੂੰ ਬਰਬਾਦ ਮਤ ਕਰ। ਮੀਆਂ ਸਾਹਿਬ ਫਰਮਾਉਂਦੇ ਨੇ ਸੋਹਣੀ ਸੂਰਤ ਦਾ ਆਸ਼ਕ ਹੋਣਾ ਤੇ ਕਦੀ ਵਡਿਆਈ ਸੋਨੇ ਦਾ ਆਸ਼ਕ ਹੋ ਜਾ, ਉਹ ਜਿਸ ਸ਼ਕਲ ਬਣਾਈ। ਤਵੱਜੋ ਮੇਰੇ ਚੰਨ, ਉਹ ਬਰਗਰ ਇਧਰ ਦੇ ਧਿਆਨ ਕਰ ਮੇਰੇ ਵੱਲ, ਚੰਨ ਮੇਰੇ ਮੱਖਣ ਧਿਆਨ ਕਰ ਮੇਰਾ ਚੰਨ, ਵਰਜਿਸ਼ ਕਰਿਆ ਕਰ ਡਾਇਟਿੰਗ ਤੇ ਚਲੇ ਜਾ। ਹਾਂਜੀ ਮੇਰਾ ਚੰਨ ਨੇ ਰਕਸ਼ੇ ਚ ਇੱਕ ਸੀਟ ਤੇ ਵਿਆਹ ਕਰ ਤੇ ਫਰੈਂਡ ਤੇ ਵਿਆਹ ਕਰ, ਸਮਝ ਤੇ ਗਿਆ ਹੀ ਮਹਿਲਾ। ਅੱਲਾ ਜਾਣਦਾ ਰਾ ਤਵੱਜੋ, ਹੁਣ ਤੂੰ ਉਧਰ ਵੇਖੀ ਜਰਾ ਧਿਆਨ ਨਾ ਮੇਰੇ ਵੱਲ ਧਿਆਨ, ਪੁੱਤਰ ਮੇਰੇ ਚ ਕੀ ਕਮੀ ਜਿਹੜੀ ਉਧਰ ਨਜ਼ਰ ਆਉਂਦੀ ਹੈ। ਮੇਰਾ ਚੰਨ ਇੱਧਰ ਮੇਰੇ ਵੱਲ, ਉਹ ਚੰਨ ਮੇਰੀ ਮਨ, ਮੇਰਾ ਮੱਖਣ, ਮੇਰੀ ਮਲਾਈ। ਹਾਂਜੀ ਤਵੱਜੋ, ਕੋਈ ਗੱਲ ਨਹੀਂ ਤਵੱਜੋ, ਮੈਂ ਬਾਅਦ ਚ ਤੁਹਾਨੂੰ 10 ਮਿੰਟ ਦਵਾਂਗਾ, ਫਿਰ ਗੱਲਾਂ ਕਰ ਲਿਆ ਜੇ ਮੇਰੇ ਨਾਲ, ਮੈਂ 10 ਮਿੰਟ ਲੈਦਾ ਤੁਹਾਡੇ ਨਾਲ ਇੱਥੇ ਬੈਠਾਂਗਾ ਇਨਸ਼ਾਅੱਲਾ। ਹਾਂਜੀ ਖੁੱਲੇ ਦਿਲ ਦਾ ਮੌਲਵੀ ਹੈ ਮੈਂ, ਗੁੱਸਾ ਕਰਨ ਵਾਲਾ ਨਹੀਂ ਗਾ। ਮੇਰਾ ਚੰਨ ਜਿੰਨੇ ਤੁਸੀਂ ਬੈਠੇ ਹੋ ਨਾ, ਤੁਸੀਂ ਮੇਰੇ ਵਾਸਤੇ ਕਦੋਂ ਦੇ ਇੰਤਜ਼ਾਰ ਚ ਬੈਠੇ ਹੋ। ਹਾਂਜੀ ਤੋ ਮੇਰੇ ਚ ਵੈਸੇ ਇੱਕ ਗੱਲ ਸੁਣੋ, ਤੁਸੀਂ ਕੋਈ ਅਹਿਸਾਨ ਨਹੀਂ ਕੀਤਾ, 3 ਵਜੇ ਤੱਕ ਤੇ ਤੁਸੀਂ ਇੰਤਜ਼ਾਰ ਚ ਰਾਤ ਨੂੰ ਬੈਠੇ ਰਹਿੰਦੇ ਜੀ,
پیکج مت لگایا کرو میرے بچوں. ہاں جی ہاں جی, یہ پیکج اگر تم نے لگا لیا نا تو پھر سی ایس ایس آپ کا نہیں ہوگا, ایل ایل بی نہیں ہوگا. ہاں جی پھر رکشت لکھیں گا, جنہیں پیکج لگایا انہیں رکشا چلایا. ہاں جی جی, اگر پیکج لاندہ رہا پڑے گا کوئی نہیں. آجے آجے قریب آجے آجے. ہاں جی توجہ میرے وال, مسلمان بچوں, میرے دوستو, عزیز طلبہ کرام, ذرا مسلمان بھائیوں, امام الانبیاء دا کلمہ پڑھنے والوں, کدھر گیا دور پرانا تے پہ گیا کیڑی راہ, سارا ٹبر پی لینے سپائی دودھ دی چاہ. ہاں ہاں جی, کدھر گیا وہ دور پرانا تے پہ گیا کیڑی راہ, سارا ٹبر پی لینے سپائی دودھ دی چاہ. ادو دور مشینی نہیں سی تے ہون ہن موٹر سڑ جائے نا, بندہ چاچے کر پانی بھرن جائے تے دوجی ورا بٹن سٹے نا, دوجی ورا تے چاچی ویکھ کے لگ پیندی اے ساڈا وی ہن پمپ سڑ کے سال آ جائے. چاچا پاویں نہ بولے چاچی ضرور بولے گی, پر جدوں دی تبدیلی آئی ہے نا اساتذہ کرام, جدوں دی تبدیلی آئی نا چاچیاں چ وی آئی ہے. ہن چاچیاں ڈائریکٹ نہیں بولدیاں, چاچے دے وچ چاچی بولدی. تہاڈے چ وی بولے گی, ذرا صبر کرو. ہاں جی وقت آئے گا. ہاں جی توجہ, جتنے بیٹھے ہو نا میرے بچوں, آج وعدہ کرو کہ جیڑی قوم گھر چ اپنے بھتیجے نو برداشت نہیں کر سکتی, وہ قوم نے کسے واسطے کیا سہولیات اویلیبل کرنی ہیں.